ਟੱਪ ਕੇ ਆਉਣਾ ਪੈਣਾ, ਟੱਪ ਲਓ। ਲੈਟਾਂ ਦਾ ਚਲਾ ਤੇ ਹੋਰ ਕਾਹ ਚੀਜ਼ ਤਾਂ ਨਹੀਂ ਹੋਇਆ। ਬਾਕੀ ਰਹਿ ਕਿਹੜੇ ਲੋ ਵੀ ਸਟੇਡੀਅਮ ਦੇਖ ਕੇ ਆ ਚੁੱਕੇ ਹਾਂ ਆਪਾਂ, ਹੁਣ ਜਾ ਰਹੇ ਹਾਂ ਧਰਮਸ਼ਾਲਾ। ਨਾਲੀ 'ਚ ਡਿੱਗ ਗਿਆ ਜੀ, ਆਹ ਜਗ੍ਹਾ ਆਈ ਨਾ ਨਜ਼ਾਰੇ ਵਾਲੀ, ਘਰ ਚੈੱਕ ਕਰ। ਸਾਡੀ ਕਿਸਮਤ ਹੀ ਖਰਾਬ ਆ, ਮੀਂਹ ਕਰਕੇ ਹੁਣ ਆਪਾਂ ਨੂੰ ਫਿਰ ਵਾਪਸ ਆਉਣਾ ਪਿਆ ਕਰਕੇ ਹੁਣ, ਅਤੇ
ਉੱਪਰ ਬਾੜੇ ਵੀ ਪੈ ਰਹੇ, ਹੁਣ ਆਪਾਂ ਗਿੱਲੇ ਹੋ ਗਿਆ, ਚੱਕ ਲਓ ਬੰਦੇ ਦੀ ਸ਼ਰਟ, ਤਾਂ ਕਰਕੇ ਆਪਾਂ ਮੁੜਿਆ ਹੈ ਅਤੇ ਹੁਣ ਚੱਲਦੇ ਹੁਣ ਵਾਪਸੀ ਆਪਾਂ ਆਪਣੇ ਘਰਾਂ ਨੂੰ। ਚਲੋ ਆਪਾਂ ਤਾਂ ਪਹੁੰਚ ਗਏ ਸੀਗੇ ਅੱਗੇ, ਕਾਫੀ ਅੱਗੇ, ਅਤੇ ਕਹਿੰਦੇ ਸਾਰੇ ਬੰਦੇ ਪਿੱਛੇ ਰਹਿ ਗਏ ਯਾਰ, ਹੁਣ ਇੱਥੇ ਰੁਕੇ ਹਾਂ ਥੋੜ੍ਹੀ ਦੇਰ। ਚਲੋ ਦੇਖੋ ਕਿੰਨੀ ਦੇਰ ਤੱਕ ਅੱਗੇ ਲਾਉਂਦੇ, ਉਹ ਲੱਗਦਾ ਖਰੇ ਆ ਹੀ ਗਏ ਗੱਡੀਆਂ ਵਿੱਚ, ਦੇਖੀ ਉਹ ਆ ਗਏ, ਲੋਕ ਵੀ ਆ ਗਏ ਸਾਡੇ ਬੰਦੇ ਵੀ ਚੱਲਦੇ। ਹਾਂ ਲੰਗਰ ਲੱਗਾ, ਕਦੋਂ ਲੰਗਰ ਲੱਗਾ। ਲਓ ਜੀ ਹੁਣ ਆਪਾਂ ਆ ਗਏ ਹਾਂ ਆਪਣੇ ਪੰਜਾਬ ਵਾਲੇ ਰਾਹ 'ਤੇ, ਅਤੇ ਆ ਗਿਆ ਹਿਮਾਚਲ ਦਾ ਬਾਰਡਰ। ਦੇਖੋ ਜੀ ਯਾਰ ਕਿੰਨਾ ਰਸ਼ ਹੁਣ ਆਪਣਾ ਕਿਹੜਾ ਹੋਣਾ ਆਪਣਾ। ਅਤੇ ਆਪਾਂ ਹੁਣ ਇੱਕ ਗੱਲ ਦੱਸਣਾ ਚਾਹੁੰਦੇ, ਸਾਡਾ ਹੋ ਗਿਆ ਚਲਾਨ ਜੀ, ਕੀ ਹੋਇਆ ਚਲਾਨ, ਕੀ ਹੋਇਆ ਲਾਈਟਾਂ ਦਾ ਚਲਾਨ, ਅਤੇ ਹੋਰ ਕਿਸੇ ਚੀਜ਼ ਦਾ ਨਹੀਂ ਹੋਇਆ। ਹੈ ਟੀ ਵੀ 55 ਪਤਾ ਨਹੀਂ ਯਾਰ, ਆ ਗਿਆ ਜੀ ਹਿਮਾਚਲ ਦਾ ਬਾਰਡਰ, ਸੋਰੀ ਪੰਜਾਬ ਦਾ ਰਸਤਾ ਆ ਗਿਆ ਜੀ, ਹਿਮਾਚਲ ਦਾ ਬਾਰਡਰ ਖਤਮ ਹੁਣ ਆ ਗਿਆ ਆਪਾਂ ਪੰਜਾਬ 'ਚ। ਵੈਲਕਮ ਟੂ ਪੰਜਾਬ, ਵੈਲਕਮ ਟੂ ਪੰਜਾਬ, ਪੰਜਾਬ ਉੱਨੀ। ਅੱਛਾ 20-25 ਮਿੰਟ ਦਾ ਰਸਤਾ ਲਾ ਲਾ, ਜਿਸ ਹਿਸਾਬ ਨਾਲ ਤੁਹਾਨੂੰ ਤੁਰਨਾ ਪਿਆ।